ਦੇਖੋ ਇੱਕ ਗਾਈਡਲਾਈਨ ਹੋ ਜਾਂਦੀ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ, ਕਿਵੇਂ ਸਾਰੇ ਵਧੀਆ ਹੋ ਗਏ ਅਤੇ ਕਹਿਣ ਕਹਿਣ ਹੋ ਗਏ। ਅਤੇ ਅੱਜ ਅਸੀਂ ਫਿਰ ਤੋਂ ਵੀਡੀਓ ਲੈ ਕੇ ਆ ਚੁੱਕੇ ਹਾਂ, ਲੌਂਗ ਵੀਡੀਓ 'ਤੇ ਅਸੀਂ ਆ ਚੁੱਕੇ ਹਾਂ ਵਾਪਸ ਤੋਂ। ਅਤੇ ਅੱਜ ਅਸੀਂ ਪੱਗ ਬੰਨਣੀ, ਬਿਲਕੁਲ ਵੱਟਾਂ ਵਾਲੀ ਪੱਗ ਹੋਣ ਵਾਲੀ ਹੈ ਸਾਡੀ। ਅਤੇ ਤੁਸੀਂ ਵੇਖ ਲਓ ਟਰਬਨ 6601 ਦੇ ਚੈਨਲ ਦੇ ਉੱਤੇ ਹੋ ਤੁਸੀਂ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਕੇ ਹੀ ਜਾਇਓ, ਐਂਡ ਤੱਕ ਜ਼ਰੂਰ ਬਣੇ ਰਹੋ। ਅਤੇ 7:30 ਵਜੇ ਤੁਸੀਂ ਸਾਡੀ ਪੱਗ ਹੋਣ ਵਾਲੀ ਹੈ। ਅਤੇ ਰੂਬੀਕੌਨ ਦਾ ਕੱਪੜਾ ਹੈਗਾ ਜੀ, ਮਤਲਬ ਕਿ ਜ਼ਿਆਦਾ ਇਹਦੇ ਅਸੀਂ ਪਾਣੀ ਦਾ ਤਰਮਕਾ ਕੁਛ ਵੀ ਨਹੀਂ ਕੀਤਾ ਹੋਇਆ, ਬਿਲਕੁਲ ਫੁੱਲ ਮਤਲਬ ਕਿ ਸਿੰਪਲ ਦੇ ਵਿੱਚ ਹੀ ਅਸੀਂ ਵੱਟ ਪਾਉਣੇ ਆ। ਮਤਲਬ ਪੱਗ ਨੂੰ ਆਪਣੀ ਗੱਲ ਕਹੀਏ ਤਾਂ ਗਿੱਲੀ ਨਹੀਂ ਕੀਤੀ ਹੋਈ, ਜਿੱਦਾਂ ਕਹਿੰਦੇ ਆ ਕਿ ਪੱਗ ਨੂੰ ਥੋੜ੍ਹਾ ਤਰਮਕਾ ਲਗਾ ਲਈਏ, ਪਾਣੀ ਦਾ ਉਹ ਨਹੀਂ ਕੀਤਾ ਹੋਇਆ ਸੀ। ਸੁੱਕੀ ਪੱਗ ਨੂੰ ਬਣ ਕੇ ਅਸੀਂ ਬਿਲਕੁਲ ਵੱਟਾਂ ਵਾਲੀ ਬਣਨੀ ਹੈ। ਅਤੇ ਐਂਡ ਤੱਕ ਜ਼ਰੂਰ ਬਣੇ ਰਹੋ ਵੀਡੀਓ, ਮਤਲਬ ਕਿ ਹੋਰ ਜਿਹੜੇ ਖਾਲਸਾ ਵੀ ਸਾਡੇ ਦਸਤਾਰ ਸਜਾਉਣਾ ਚਾਹੁੰਦੇ ਆ ਉਹਨਾਂ ਤੱਕ ਇਹ ਜਾਣੀ ਚਾਹੀਦੀ ਹੈ ਵੀਡੀਓ। ਅਤੇ ਉਮੀਦ ਕਰਦਾ ਸਾਰੇ ਪਿਆਰ ਹੀ ਦਿਓਗੇ ਵੀਡੀਓ ਨੂੰ, ਅਤੇ ਲਾਈਕ ਕਰੋਗੇ, ਸ਼ੇਅਰ, ਬਹੁਤ ਹੀ ਇੰਟਰਸਟਿਡ ਹੋਣ ਵਾਲੀ ਹੈ ਅਤੇ ਘੈਂਟ ਘੈਂਟ ਹੋਊਗੀ। ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰ ਹੀ ਲਿਓ, ਅਤੇ ਉਮੀਦ ਕਰਦੇ ਹਾਂ ਬੈਲ ਆਈਕਨ ਨੂੰ ਪ੍ਰੈਸ ਕਰ ਲਓਗੇ, ਕਿਉਂਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਆਊਗਾ ਅਗਰ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰ ਲੈਂਦੇ ਹੋ। ਯਾਰ ਸਮੇਂ ਨਾਲ ਖੋਂਦੇ ਹੋਏ ਅਸੀਂ ਆਪਣੀ ਵੀਡੀਓ 'ਤੇ ਆਵਾਂਗੇ। ਸਾਡਾ ਟੋਪਿਕ ਇਹ ਹੋਇਆ ਕਿ ਵੱਟਾਂ ਵਾਲੀ ਪੱਗ ਨੂੰ ਸਜਾਉਣਾ ਹੈਗਾ ਜੀ, ਅਤੇ ਐਂਡ ਤੱਕ ਜ਼ਰੂਰ ਬਣੇ ਰਹੋ ਵੀਡੀਓ 'ਤੇ। ਅਤੇ ਬਹੁਤ ਹੀ ਪਿਆਰ ਮਿਲ ਰਿਹਾ, 3K ਸਬਸਕ੍ਰਾਈਬਰ ਸਾਡੇ ਕੰਪਲੀਟ ਹੋ ਚੁੱਕੇ ਹੈ, ਇੱਦਾਂ ਹੀ ਪਿਆਰ ਬਣਾਈ ਰੱਖਿਓ ਅਤੇ ਵੀਡੀਓ ਸਾਡੀ ਆਉਂਦੀ ਰਹੇਗੀ। ਲਾਈਕ ਸਬਸਕ੍ਰਾਈਬ ਕਰਦੇ ਰਹੋ। ਅਤੇ ਸ਼ੁਰੂ ਕਰਦੇ ਹਾਂ ਪਹਿਲੇ ਲੜ ਤੋਂ, ਹੁਣੀ ਪਹਿਲਾਂ ਤੋਂ ਕਰਕੇ ਬੇਸ ਬਣਾ ਕੇ ਰੈਡੀ ਹੋ ਚੁੱਕੇ ਸੀ, ਅਸੀਂ ਬਸ ਦਸਤਾਰ ਨੂੰ ਸਜਾਉਣਾ ਹੈਗਾ ਜੀ। ਸਜਾਉਣਾ ਕਿੱਦਾਂ ਹੈ ਕਿ ਤੁਸੀਂ ਸਮਝੇ ਹੀ ਹੋਗੇ, ਅਤੇ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਬੇਸ ਦੇ ਉੱਤੇ, ਅਗਰ ਕੋਈ ਵੇਖਣਾ ਚਾਹੁੰਦਾ ਤਾਂ ਵੇਖ ਸਕਦਾ। ਕਰਨਾ ਕੁਝ ਨਹੀਂ, ਸਿੰਪਲੀ ਮੂੰਹ ਦੇ ਵਿੱਚ ਲੜ ਨੂੰ ਰੱਖ ਕੇ ਪਹਿਲੇ ਲੜ ਨੂੰ ਸਜਾਉਣਾ ਹੈਗਾ ਜੀ। ਪਹਿਲੇ ਲੜ ਦੇ ਵਿੱਚ ਇਤਨੇ ਵੱਟ ਨਹੀਂ ਪਾਉਣੇ ਜਿੰਨੇ ਕਿ ਦੂਜੇ ਪਾਉਂਗੇ ਅਸੀਂ। ਪਹਿਲੇ ਲੜ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਸਿੰਪਲ ਮਾਰਨਾ, ਸਿੰਪਲ ਹੀ ਮਾਰ ਸਕਦੇ ਹੋ। ਆਹ ਦੇਖ ਸਕਦੇ ਹੋ, ਦੇਖੋ ਕਈ ਵੀਰ ਕੀ ਕਰਦੇ ਆ, ਇੱਦਾਂ ਰੱਖ ਕੇ ਮੂੰਹ 'ਚ ਅਤੇ ਸ਼ੁਰੂ ਹੋ ਜਾਂਦੇ ਆ। ਜਦੋਂ ਤੁਸੀਂ ਦਸਤਾਰ ਸਜਾਉਣੀ ਨਾ, ਪਹਿਲਾਂ ਉਹਦਾ ਸਤਿਕਾਰ ਕਰਨਾ, ਫਿਰ ਉਹਨੂੰ ਸ਼ੁਰੂ ਕਰਨਾ, ਸਤਿਕਾਰ ਕਰਕੇ ਫਿਰ ਦਸਤਾਰ ਨੂੰ ਸਜਾਇਆ ਕਰੋ। ਇਹਦਾ ਕੀ ਹੈ ਕਿ ਪੱਗ ਦੀ ਮਤਲਬ ਕਿ ਸ਼ਾਨ ਹੁੰਦੀ ਹੈ ਸਾਡੇ ਦਸਤਾਰ ਲਈ, ਕਿੰਨੀ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਤੁਹਾਨੂੰ ਪਤਾ ਹੀ ਹੈਗਾ ਜੀ। ਜੋ ਸਰਦਾਰ ਵੀਰ ਸਾਡੀ ਵੀਡੀਓ ਦੇਖ ਰਿਹਾ, ਕਮੈਂਟ ਕਰਨਾ ਨਾ ਭੁੱਲਿਓ, ਅਤੇ ਐਂਡ ਤੱਕ ਜ਼ਰੂਰ ਦੇਖਿਓ, ਕਮੈਂਟ ਕਰਿਓ, ਅਤੇ ਦੇਖ ਲੈਣਾ ਕਿ ਕਿਹੜੇ ਸਰਦਾਰ ਵੀ ਸਾਡੀ ਕਮੈਂਟ ਵਿੱਚ ਆਉਂਦੇ ਹਨ, ਅਤੇ ਕਿੰਨੇ ਤੁਸੀਂ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨਾ ਭੁੱਲਿਓ, ਅਤੇ ਸ਼ੁਰੂ ਕਰਦੇ ਹਾਂ। ਦੇਖੋ ਕਈ ਵੀਰ ਹੁੰਦੇ ਆ ਕਿ ਇੱਦਾਂ ਵੱਡੀ ਪੱਗ ਨੂੰ ਖੋਲ੍ਹ ਲੈਂਦੇ ਦਸਤਾਰ ਨੂੰ ਸਜਾਉਣ ਵੇਲੇ, ਫਿਰ ਉਹ ਦੇਖੋ ਇਸ ਤਰ੍ਹਾਂ ਖੋਲੋਗੇ ਤਾਂ ਤੁਹਾਡੇ ਉਸਨੇ ਵੱਟ ਪੈਣੇ ਆ। ਦੇਖੋ ਸਿੰਪਲ ਦਾ ਪ੍ਰੋਸੈਸ ਤੁਹਾਨੂੰ ਦੱਸਾਂਗੇ, ਬਿਲਕੁਲ ਛੋਟੇ ਜਿਹੇ ਲੜਕੀ ਜੀ ਤੁਹਾਡੇ ਵੱਟ ਬਹੁਤ ਹੀ ਪੈ ਜਾਂਦੇ ਆ, ਬਸ ਤੁਹਾਨੂੰ ਪਾਉਣੇ ਹੋਣੇ ਚਾਹੀਦੇ ਆ। ਅਗਰ ਤੁਹਾਨੂੰ ਵੱਟ ਪਾਉਣੇ ਆਉਂਦੇ ਆ ਤਾਂ ਸਿੰਪਲ ਜੀ ਪ੍ਰੋਸੈਸ ਹੈਗਾ ਜੀ, ਉਹ ਦੇਖ ਸਕਦੇ ਹੋ ਕਿੱਦਾਂ ਬਣੇ। ਉੱਪਰੋਂ ਇੱਥੇ ਤੋਂ ਸ਼ੁਰੂ ਹੋਣਾ ਵੱਟਾਂ ਨੂੰ ਬਣਾਉਣਾ,
ਥੱਲੇ ਤੱਕ ਲੈ ਗਿਆ ਨਾ, ਵੱਟ ਆਪਣੇ ਆਪ ਹੀ ਪੈ ਜਾਂਦੇ ਭਰਾ। ਸਿੰਪਲ ਜਿਹਾ ਫਾਰਮੂਲਾ ਅਪਣਾ ਕੇ ਹੀ ਮੈਂ ਦਸਾਰ ਨੂੰ ਸੁਝਾਅ ਰਿਹਾ, ਕੋਈ ਵੀ ਇਹਦੇ ਵਿੱਚ ਮੁਸ਼ਕਿਲ ਨਹੀਂ ਹੈਗੀ, ਬਿਜ਼ਨਸ ਲਈ ਖਾਸ ਕਰ ਹੁੰਦੀ ਹੈ। ਪੱਗ ਸਾਡੀ ਵੀਡੀਓ ਅਤੇ ਐਂਡ ਤੱਕ ਜ਼ਰੂਰ ਬਣਿਆ ਜਾਇਆ ਕਰੋ। ਇਸ ਦਸਤਾਰ ਨੂੰ ਮੈਂ ਪਹਿਲੀ ਵਾਰੀ ਟਰਾਈ ਕਰ ਰਿਹਾ, ਲਾਸਟ ਲੜ ਛੋਟਾ ਵੀ ਪੈ ਸਕਦਾ, ਦੇਖਦੇ ਹਾਂ ਕਿੰਨਾ ਕੀ ਬਣਦਾ ਦਸਤਾਰ ਜੀ ਦਾ। ਮੈਨੂੰ ਤਾਂ ਲੱਗਦਾ ਲੜ ਪੂਰਾ ਪੈ ਜੂਗਾ। ਦੇਖੋ ਲਾਸਟ ਲੜ ਦੇ ਵਿੱਚ ਵੀਰ ਕੀ ਕਹਿੰਦੇ ਆ ਕਿ ਲਾਸਟ ਲੜ ਖਰਾਬ ਹੋ ਜਾਂਦਾ, ਖਰਾਬ ਨਹੀਂ ਹੁੰਦਾ, ਬਿਲਕੁਲ ਸਾਫ ਲੜ ਦੇ ਵਿੱਚ ਇਹਨੂੰ ਜਿੱਦਾਂ ਵੀ ਹੈ ਸੈੱਟ ਕਰਨਾ ਤੁਸੀਂ। ਦੇਖੋ ਅਗਰ ਤੁਹਾਡਾ ਆਪਸ਼ਨ ਹੈਗਾ ਕਿ ਵੱਟ ਪਾਉਣੇ ਆ ਤੁਸੀਂ ਪਾ ਸਕਦੇ ਹੋ, ਮੈਂ ਤਾਂ ਲਾਸਟ ਵਾਲੇ ਲੜ ਵਿੱਚ ਵੱਟ ਪਾਉਂਦਾ ਜੀ, ਤੁਸੀਂ ਪਾਉਣੇ ਆ ਤਾਂ ਪਾ ਸਕਦੇ ਹੋ। ਬਿਲਕੁਲ ਸਿੰਪਲ ਵੇ ਦੇ ਵਿੱਚ ਅਸੀਂ ਲੜ ਨੂੰ ਮਾਰਿਆ ਲਾਸਟ ਨੂੰ, ਇਹਦੇ ਵਿੱਚ ਨਾ ਹੀ ਕੁਛ ਕੀਤਾ ਇਹਦਾ। ਦੇਖੋ ਵੱਟ ਮੈਂ ਹੀ ਬਣਾ ਸਕਦਾ ਸੀ, ਵੱਟ ਮੈਂ ਕਿਉਂ ਨਹੀਂ ਬਣਾਏ, ਇੱਦਾਂ ਕੀ ਹੁੰਦਾ ਕਿ ਲਾਸਟ ਵਾਲੇ ਲੜ ਦਾ ਥੋੜ੍ਹੀ ਜਿਹੀ ਸੈੱਟ ਬਹਿੰਦੀ ਹੈ ਅਤੇ ਉਹਦੇ ਵਿੱਚ ਅਸੀਂ ਵੱਟ ਪਾ ਦਿੱਤੇ ਨਾ, ਅਤੇ ਲਾਸਟ ਲੜ ਨਹੀਂ ਸਜਣਾ ਸਹੀ, ਇਸ ਕਰਕੇ ਮੇਰੇ ਕੋਲ ਜਿੰਨੀ ਹੋ ਸਕਦੀ ਸੀ ਉਨੀ ਮੈਂ ਸਫਾਈ ਦਿੱਤੀ ਇਹਦੇ ਵਿੱਚ। ਅਤੇ ਖਾਸ ਕਰ ਬਿਜ਼ਨਸ ਲਈ ਇਹ ਵੀਡੀਓ ਹੈਗੀ ਜੀ, ਅਗਰ ਕੋਈ ਪਿੱਛੇ ਆਵਾਜ਼ ਹੁੰਦੀ ਹੋਏਗੀ ਤਾਂ ਉਹਨੂੰ ਤੁਸੀਂ ਮਿਸ ਕਰਨਾ ਜੋ ਮੈਂ ਕਹਿ ਰਿਹਾ ਵੀਡੀਓ ਦੇ ਉੱਤੇ, ਤੁਹਾਡਾ ਧਿਆਨ ਹੋਣਾ ਚਾਹੀਦਾ। ਕਈ ਵੀਰ ਗਲਤ ਕਮੈਂਟ ਕਰਦੇ ਆ, ਗਲਤ ਕਮੈਂਟ ਨਾ ਕਰਿਓ ਵੀਰ, ਦਸਤਾਰ ਦੀ ਵੀਡੀਓ ਹੁੰਦੀ ਹੈ, ਦਸਤਾਰ ਦਾ ਸਤਿਕਾਰ ਕਰੋ ਸਰਦਾਰ ਵੀਰ ਸਾਡੇ। ਦੇਖੋ ਲਾਸਟ ਲੜ ਨੂੰ ਕਿੱਦਾਂ ਮਾਰਨਾ, ਮੈਂ ਮੋਰਨੀ ਲੜ ਦੇ ਵਿੱਚ ਹੀ ਮਾਰ ਸਕਦਾ ਸੀ ਲਾਸਟ ਲੜ ਨੂੰ ਮੈਂ, ਪਰ ਕਿਉਂ ਨਹੀਂ ਮਾਰਿਆ ਕਿਉਂਕਿ ਵੱਟਾਂ ਵਾਲੀ ਸਾਡੀ ਪੱਗ ਹੈਗੀ ਜੀ। ਦੇਖੋ ਇਹ ਜਿਹੜੇ ਲੜ ਹੁੰਦੇ ਆ ਨਾ, ਇਹਨਾਂ ਨੂੰ ਬਿਲਕੁਲ ਸਿਲਾਈ ਦੀ ਸਹਾਇਤਾ ਨਾਲ ਤੁਸੀਂ ਸਾਫ਼ ਕਰ ਲੈਣਾ, ਬਿਲਕੁਲ ਪ੍ਰੋਪਰ ਸ਼ੇਪ ਦੇ ਦਈਏ ਇਹਨਾਂ ਨੂੰ ਜਿੰਨੀ ਹੋ ਸਕਦੀ ਹੈ। ਅਤੇ ਹੁਣ ਸਾਡੀ ਇਸ ਚੈਨਲ ਦੇ ਉੱਤੇ ਸ਼ੋਰਟਸ ਵੀਡੀਓ ਕਮ ਹੋਣੀਆਂ, ਲੌਂਗ ਵੀਡੀਓ ਜ਼ਿਆਦਾ ਹੋਣੀਆਂ ਨੇ, ਕਿਉਂਕਿ ਲੌਂਗ ਵੀਡੀਓ ਵੀ ਹੋਣੀ ਚਾਹੀਦੀ ਹੈ। ਕਈ ਵੀਰ ਕਹਿੰਦੇ ਆ ਕਿ ਤੂੰ ਲੌਂਗ ਵੀਡੀਓ ਨਹੀਂ ਪਾਉਂਦਾ, ਬਸ ਮੈਂ ਲੌਂਗ ਵੀਡੀਓ ਪਾਊਂਗਾ ਹੁਣ ਤੂੰ, ਬਿਲਕੁਲ ਜੋ ਵੀ ਦਸਤਾਰ ਦੇ ਰਿਲੇਟਿਡ ਵੀਡੀਓ ਹੋਊਗੀ ਮੈਂ ਉਹ ਵੀਡੀਓ ਪਾਊਂਗਾ, ਇੱਕ ਇੱਕ ਪੁਆਇੰਟ ਦੱਸੂੰਗਾ ਤੁਹਾਨੂੰ, ਅਤੇ ਤੁਸੀਂ ਬਸ ਪਿਆਰ ਬਣਾਈ ਰੱਖਣਾ ਹੈਗਾ ਜੀ। ਵੀਡੀਓ ਸਾਡੀ ਨੂੰ ਦੇਖਣਾ, ਵਾਚ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜਾਇਆ ਕਰੋ। ਦੇਖੋ ਜੋ ਵੀਰ ਦਸਤਾਰ ਸਿੱਖਣਾ ਚਾਹੁੰਦੇ ਆ ਨਾ, ਉਹੀ ਵੀਡੀਓ 'ਤੇ ਬਣੇ ਰਹੋ, ਜੋ ਨਹੀਂ ਸਿੱਖਣਾ ਚਾਹੁੰਦੇ ਉਹ ਛੱਡ ਕੇ ਜਾ ਸਕਦੇ ਆ ਵੀਡੀਓ ਨੂੰ, ਸਾਡੇ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਅਗਰ ਤੁਸੀਂ ਵੀਡੀਓ ਛੱਡ ਕੇ ਜਾ ਰਹੇ ਹੋ। ਦੇਖੋ ਸ਼ੁਰੂ ਸ਼ੁਰੂ 'ਚੋਂ ਕੀ ਹੁੰਦਾ, ਦੇਖੋ ਮੈਂ ਵੀਡੀਓ ਜਦੋਂ ਤੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਨਾ, ਉਸ ਤੋਂ ਮੈਂ ਦਸਤਾਰ ਬਣਨੀ ਸਿੱਖ ਲਈ ਹੈ, ਬਿਲਕੁਲ ਬਿਲਕੁਲ ਪ੍ਰੋਪਰ ਸ਼ੇਪ ਦਿੰਦੇ ਆ ਮੈਨੂੰ ਤਕਰੀਬਨ। ਯੂਟਿਊਬ 'ਤੇ ਸਰਚ ਮਾਰੇ ਚੈਨਲ, ਦੇਖਿਆ ਕਿ ਆਪਣੇ ਸਰਦਾਰ ਵੀਰ ਹੋਣ ਕਰਕੇ ਮੈਂ ਦਸਤਾਰ ਦਾ ਚੈਨਲ ਚੁਣਿਆ, ਕਿਉਂਕਿ ਦਸਤਾਰ ਦਾ ਚੈਨਲ ਦੇਖੋ ਇੱਕ ਗਾਈਡਲਾਈਨ ਹੋ ਜਾਂਦੀ ਹੈ ਕਿ ਅਸੀਂ ਮਤਲਬ ਕਿ ਹੋਰ ਜਿਹੜੇ ਖਾਲਸਾ ਵੀਰ ਸਾਡੇ ਦਸਤਾਰ ਸਜਾਉਣਾ ਚਾਹੁੰਦੇ ਆ ਉਹਨਾਂ ਤੱਕ ਇਹ ਜਾਣੀ ਚਾਹੀਦੀ ਹੈ ਵੀਡੀਓ। ਅਤੇ ਉਮੀਦ ਕਰਦਾ ਸਾਰੇ ਪਿਆਰ ਦਿਓਗੇ ਵੀਡੀਓ ਨੂੰ, ਅਤੇ ਲਾਈਕ ਕਰੋਗੇ, ਸ਼ੇਅਰ ਕਰੋਗੇ, ਸਬਸਕ੍ਰਾਈਬ ਕਰੋਗੇ। ਅਤੇ ਛੱਤ ਪਾਉਣ ਦੀ ਵੀਡੀਓ ਅਗਰ ਤੁਸੀਂ ਚਾਹੋਗੇ ਤਾਂ ਮੈਨੂੰ ਕਮੈਂਟ ਕਰਿਓ, ਅਤੇ ਮੈਂ ਛੱਤ ਪਾਉਣ ਦੀ ਵੀਡੀਓ ਲੈ ਕੇ ਆ ਜਾਊਂਗਾ, ਬਸ ਤੁਸੀਂ ਕਮੈਂਟ ਕਰਨਾ ਹੈਗਾ ਜੀ। ਦੇਖੋ ਬਿਲਕੁਲ ਪ੍ਰੋਪਰ ਸ਼ੇਪ ਦੇ ਰਿਹਾ ਅਸੀਂ ਦਸਤਾਰ ਨੂੰ, ਜਿੰਨੀ ਦੇ ਸਕਦੇ ਸੀ ਉੰਨੀ ਦੇਈਏ, ਪ੍ਰੋਪਰ ਸ਼ੇਪ ਦਿੱਤੀ ਹੋਈ ਹੈ ਦਸਤਾਰ ਨੂੰ। ਅਤੇ ਵੀਡੀਓ ਤੁਹਾਨੂੰ ਉਮੀਦ ਕਰਦੇ ਹਾਂ ਵਧੀਆ ਲੱਗੂਗੀ, ਅਤੇ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਨਾ ਹੈ, ਐਂਡ ਤੱਕ ਜ਼ਰੂਰ ਵਾਚ ਕਰਨਾ ਹੈ, ਅਤੇ ਕਮੈਂਟ ਕਰਨਾ ਤਾਂ ਭੁੱਲਿਓ ਨਾ। ਇਹ ਦੇਖ ਸਕਦੇ ਹੋ ਦਸਤਾਰ ਸਾਡੀ,
ਰੈਡੀ ਹੋ ਚੁੱਕੀ ਹੈ ਬਣ ਕੇ। ਦੇਖ ਰਹੇ ਹੋ ਕੰਪਲੀਟ ਹੈ, ਬਿਲਕੁਲ ਕੰਪਲੀਟ ਕਰਤੀ ਹੈ। ਅਸੀਂ ਦਸਤਾਰ ਤੁਹਾਡੇ ਸਾਹਮਣੇ ਸਜਾਈਏ, ਨਾ ਕੋਈ ਕਿਸੇ ਦਾ ਕੰਟੈਂਟ ਚੋਰੀ ਕੀਤਾ, ਤੁਹਾਡੇ ਸਾਹਮਣੇ ਦਸਤਾਰ ਬੱਧੀਏ ਬਣ ਕੇ ਤੁਹਾਨੂੰ ਦੱਸੀਏ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਨਾ ਹੀ ਹੈ, ਅਤੇ ਜਾਂ ਤਾਂ ਉਹਦਾ ਸ਼ੇਅਰ ਕਰ ਦਿਓ ਜਾਂ ਕਮੈਂਟ ਕਰ ਦਿਓ, ਅਤੇ ਬੈੱਲ ਲਾਈਕ ਨੂੰ ਕਰ ਲਿਓ ਪ੍ਰੈਸ, ਅਤੇ ਦੱਸਣਾ ਤੁਸੀਂ ਕਮੈਂਟ ਦੇ ਵਿੱਚ ਕਿਹਦੀ ਤਰ੍ਹਾਂ ਭਗਤ ਮਤਲਬ ਕਿ ਲੱਗਣ ਦੀ ਪਈ ਹੈ। ਜਿਹੜੇ ਵੀਰ ਸਹੀ ਦੱਸਣਗੇ ਉਹਦੇ ਦੀ ਵੀਡੀਓ 'ਤੇ ਮੈਂ ਪਿੰਨ ਕਰਾਂਗਾ। ਦੇਖਦੇ ਹੁਣ ਉਹਦਾ ਨਾਂ ਤੁਸੀਂ ਮੈਨੂੰ ਮੈਂ ਗੈਸ ਕਰਕੇ ਦੱਸ ਦਿੰਦਾ। ਪਹਿਲਾ ਅਕਸ਼ਰ ਹੁੰਦਾ ਟੀ, ਟੀ ਤੋਂ ਅੱਗੇ ਤੁਸੀਂ ਬਣਾ ਸਕਦੇ ਹੋ ਜੋ ਵੀ ਹੈਗਾ ਜੀ, ਅਤੇ ਕਮੈਂਟ ਕਰਕੇ ਦੱਸ ਦਿਓ ਵੀ ਕਿਹਦੇ ਕਿਹੜੇ ਵੀਰ ਦੀ ਤਰ੍ਹਾਂ ਆਪਾਂ ਨੇ ਕਿਹੜੇ ਸਟਾਰ ਦੀ ਤਰ੍ਹਾਂ ਦਸਤਾਰ ਨੂੰ ਸਜਾਇਆ ਹੈਗਾ ਜੀ। ਅਤੇ ਦਸਤਾਰ ਦਾ ਕੋਈ ਵੀ ਕੰਪੀਟੀਸ਼ਨ ਨਹੀਂ ਹੁੰਦਾ ਹੈ, ਜਿੰਨਾ ਹੋ ਸਕਦਾ ਇਹਨੂੰ ਸਤਿਕਾਰ ਦੇ ਨਾਲ ਬੰਨਣਾ ਹੈ, ਬੰਨ ਕੇ ਸਜਾਉਣਾ ਹੈਗਾ ਜੀ। ਅਤੇ ਵੀਡੀਓ ਜ਼ਿਆਦਾ ਲੰਬੀ ਨਾ ਹੋਈ ਹੋਈ ਅਤੇ ਐਂਡ ਤੱਕ ਜ਼ਰੂਰ ਵਾਚ ਕਰਿਓ, ਅਤੇ ਮਿਲਦੇ ਨੈਕਸਟ ਚੰਗੀ ਜੀ ਵੀਡੀਓ ਦੇ ਨਾਲ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।